ਕੀ ਕਹਿੰਦੇ ਦੱਸੋ ਫਿਰ ਪੂਰੀ ਗੱਲ। ਉਹ ਕਹਿੰਦੇ ਜੀ ਉਹ ਸਾਡੀ ਬੁੜੀ ਲਿਆ ਦੇ ਇੰਨੀ ਸਾਡੇ ਨਾਲ ਮੁਹੱਬਤ ਵਾ, ਅਸੀਂ ਕਹੀਏ ਬੁੜੇ ਨੂੰ ਵੀ ਤੈਨੂੰ ਕਿਸੇ ਨੂੰ ਬਾਟੇ ਵੱਢ ਸੁੱਟਣਾ ਵੀ ਹੁਣ ਵੱਢ ਵਡਾਂਗਾ ਦਾ ਤੁਰਿਆ ਆ। ਉਹ ਕਹਿੰਦਾ ਹੁਣ ਮੇਰੀ ਮੁਹੱਬਤ ਵਾ ਮੈਂ ਜਾਣ। ਦੇਖੋ ਜੀ ਅੱਗੇ ਹੈ ਨਾ ਇਹ ਪਾਣੀ ਦਾ ਸਾਧਨ ਹੈ ਨਾ ਸੀਗਾ, ਹਾਂਜੀ, ਅਤੇ ਆਪਣੇ ਇਹ ਪੰਜਾਂ ਚੌਂਕ ਘਰਾਂ ਨਾਲ ਇੱਕ ਖੂਹ ਲਵਾਇਆ ਹੁੰਦਾ ਸੀ, ਹਾਂਜੀ, ਉਹ ਬਾਰੀ ਨਾਲ ਬਹੁਤੇ ਹੁੰਦੇ, ਜਿਹੜਾ ਮੈਲਾ ਪਿਆ ਸੀ ਉਹ ਉੱਥੇ ਕਾਹੀ ਹੁੰਦੀ ਸੀ, ਹਾਂਜੀ, ਅਤੇ ਹੁਣ ਪਾਣੀ ਦਾ ਸਾਧਨ ਹੈਗਾ, ਮੋਟਰਾਂ ਲੱਗ ਗਈਆਂ ਅਤੇ ਹੁਣ ਫਸਲ ਇੱਥੇ ਨਾ ਜ਼ਿਆਦਾ ਹੁੰਦੀ ਉੱਥੇ। ਬਿਲਕੁਲ, ਹਾਂਜੀ, ਬਿਲਕੁਲ। ਬਾਬਾ ਜੀ ਨਾਮ ਕੀ ਆਪਣਾ? ਧੰਨਾ ਰਾਮ। ਪਿੰਡ ਕਿਹੜਾ? ਦੋਲੀ ਕੇ। ਜ਼ਿਲ੍ਹਾ ਜਲੰਧਰ? ਜ਼ਿਲ੍ਹਾ ਜਲੰਧਰ। ਤਹਿਸੀਲ ਕਿਹੜੀ ਆ? ਤਹਿਸੀਲ ਆਲਮਪੁਰ। ਅਤੇ ਬਾਕੀ ਪੰਜ ਚਾਰ ਕੁ ਪੱਤਾਂ ਕੱਢਣੀਆਂ, ਉਹ ਗੁੜ ਇਹ ਅੱਗੇ ਵਿਕਦਾ ਨਾ ਹੁੰਦਾ, ਉਹ ਰੱਖੀ ਜਾਣਾ, ਗਾਹਾਂ ਨੂੰ ਸਿਆਲ ਨੂੰ ਉਧਾਰ ਪਾ ਦੇਣਾ। ਅੱਛਾ ਬਾਬਾ ਜੀ ਆਪਣੇ ਪਿੰਡ ਬਾਰੇ ਦੱਸਿਓ, ਦੋਲੀ ਕੇ ਬਾਰੇ। ਹਾਂਜੀ, ਹਾਂ ਦੋਲੀ ਕੇ ਬਾਰੇ ਹੀ ਆ ਜੀ। ਇਹ ਦੱਸਿਓ ਕਿ ਇੱਥੇ ਜ਼ਿਆਦਾ ਕਿਹੜੀ ਕਿਹੜੀ ਮਤਲਬ ਕਿਹੜੀਆਂ ਕਿਹੜੀਆਂ ਬਰਾਦਰੀਆਂ ਇੱਥੇ ਵੱਸਦੀਆਂ? ਇੱਥੇ ਜੀ ਦੇਖੇ ਇੱਥੇ ਪਹਿਲਾਂ ਬਰਾਦਰੀਆਂ ਇਹੋ ਜਿਹੀ ਵੱਸਦੀਆਂ, ਜਾਂ ਧਾਰਮੀ ਜੀ, ਜੱਟ ਜ਼ਿਮੀਂਦਾਰ, ਠੀਕ, ਅਤੇ ਮੁਸਲਮਾਨ। ਮੁਸਲਮਾਨ ਚੱਲ ਗਏ? ਹਾਂਜੀ ਮੁਸਲਮਾਨ ਚੱਲ ਗਏ, ਅਤੇ ਹੁਣ ਮਤਲਬ ਬਰਾਦਰੀਆਂ ਇੱਥੇ ਵੱਸਦੀਆਂ ਹੈਗੀਆਂ, ਹੁਣ ਵਾਲਮੀਕੀ ਵੀ ਹੈਗੇ ਆ। ਪਹਿਲਾਂ ਨਹੀਂ ਸੀਗੇ? ਪਹਿਲਾਂ ਨਾ ਸੀ। ਅਤੇ ਬਾਬਾ ਜੀ ਇੱਕ ਗੱਲ ਦੱਸੋ, ਜਿਹੜੇ ਮੁਸਲਮਾਨ ਸੀਗੇ ਉਹਨਾਂ ਦਾ ਕੰਮਕਾਰ ਕੀ ਸੀ? ਕੰਮਕਾਰ ਆ ਖੇਤੀਬਾੜੀ ਦਾ ਹੀ। ਆਪਣੀ ਜ਼ਮੀਨ ਸੀ? ਆਪਣੀ ਹੀ, ਇੱਦਾਂ ਹੀ ਜ਼ਿਮੀਂਦਾਰ ਆ ਗਏ ਸੀ। ਹੋਣਗੇ ਉਹ ਵੀ ਜੱਟ? ਹਾਂਜੀ, ਉਹ ਨਜਾਣੀ ਜਾਤ ਹੀ ਹੋਰ ਸੀ, ਮੁਸਲਮਾਨ ਮੁਸਲਮਾਨ ਧਰਮ ਹੋਰ ਸੀ। ਹਾਂਜੀ ਧਰਮ ਹੋਰ ਸੀਗਾ। ਕੋਈ ਨਾਂ ਚੇਤੇ ਜੀ ਬੰਦਿਆਂ ਦੇ? ਨਾਂ ਚੇਤੇ ਹੀ ਆ, ਇੱਕ ਨਾਂ ਸੀ ਪੀੜਾ ਬਖਸ਼, ਇੱਕ ਨਾਂ ਗਲਾਓ, ਇੱਕ ਨਾਂ ਅਲੀ ਬਖਸ਼, ਬਾਰੀ ਬਾ, ਅਤੇ ਇੱਕ ਨਾਂ ਸੀਗਾ ਸੰਧੀ, ਅਤੇ ਇੱਕ ਨਾਂ ਰੋਡੂ, ਇੱਕ ਨਾਂ ਲਾਟੀ, ਅਤੇ ਇੰਨੇ ਕੁ ਬਥੇਰੇ ਆ। ਹੋਰ ਦੱਸ ਦਿਓ ਜੀ। ਹੋਰ ਫਿਰ ਹੁਣ ਇਹ ਇੱਕ ਸਾਡੇ ਮਤਲਬ ਹੁੰਦਾ ਸੀਗਾ, ਉਹਦੇ ਨਾਮ ਹੁਣ ਭੁੱਲ ਵੀ ਜਾਂਦੇ ਆ, ਅਤੇ ਪੀਰਾ ਤਾਂ ਬਲਾਵ ਹੋਟਲ ਇੱਧਰ ਹੈਗਾ। ਨਹੀਂ ਕੋਈ ਇੱਦਾਂ, ਇਹ ਤਾਂ ਖੇਤੀਬਾੜੀ ਵਾਲੇ ਸੀ, ਕੋਈ ਕੋਹਲੂ ਵਾਲੇ? ਇਹ ਕੋਹਲੂ ਵਾਲੇ ਸੀਗੇ, ਤੇਲ ਕੱਢਦੇ ਹੁੰਦੇ ਮੁਸਲਮਾਨ। ਕੀ ਨਾਂ ਸੀ ਉਹਨਾਂ ਦੇ? ਉਹਨਾਂ ਦਾ ਇੱਕ ਨਾਂ ਕੀਮਾ ਹੈਗਾ, ਇੱਕ ਨਾਂ ਸੀਗਾ ਗੁਲਾਮ, ਹਾਂਜੀ ਇੱਦਾਂ ਦੇ ਨਾਂ ਸੀਗੇ। ਹਾਂਜੀ ਠੀਕ ਠੀਕ। ਹਾਂਜੀ, ਅਤੇ ਕੋਈ ਨਕਲਾਂ ਕਰਨ ਵਾਲੇ ਵੀ ਸੀਗੇ? ਨਹੀਂ ਸਾਡੇ ਪਿੰਡ ਨਕਲਾਂ ਕਰਨ ਵਾਲੇ ਹੈ ਨਾ ਜੀ। ਅਤੇ ਉੱਦਾਂ ਪੀਰਾਂ ਦੀ ਜਗ੍ਹਾ ਸੀ ਕੋਈ ਜਿਹਨੂੰ ਸੱਯਦ ਕਹਿੰਦੇ? ਇਹ ਪੀਰਾਂ ਦੀ ਜਗ੍ਹਾ ਹੈਗੀ ਆ ਜੀ। ਤੁਸੀਂ ਦੱਸਿਆ ਸੀ ਮੈਨੂੰ ਕਿ ਤੁਸੀਂ ਕਿਸੇ ਮੁਸਲਮਾਨ ਦੇ ਪਰਿਵਾਰ ਨਾਲ ਤੁਹਾਡਾ ਪਰਿਵਾਰ ਜੁੜਿਆ ਸੀ, ਉਹ ਕੌਣ ਸੀਗੇ? ਅੱਜ ਸਾਡਾ ਪਰਿਵਾਰ ਜੀ ਗੁਲਾਬ ਸੀਗਾ ਜੀ, ਉਹ ਉਹਨਾਂ ਦੇ ਅਸੀਂ ਕੰਮ ਕਾਰ ਕਰਦੇ ਸੀਗੇ, ਉਹ ਆਉਂਦੇ ਜਾਂਦੇ ਸੀਗੇ, ਜਾਣੀ ਬੜੀ ਮੁਹੱਬਤ ਸੀਗੀ। ਹਾਂਜੀ। ਅੱਛਾ ਗੁਲਾਬ ਉਹਨਾਂ ਦੇ ਬਾਰੇ ਦੱਸ ਦਿਓ ਵੀ ਉਹਦੇ ਅੱਬਾ ਦਾ ਕੀ ਨਾਂ ਸੀ? ਇਹ ਗੁਲਾਬ 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 ਉਹਨਾਂ ਦੇ ਨਾਂ ਦਾ, ਉਹ ਗੁਲਾਬ ਦੇ ਮੁੰਡਿਆਂ ਤੋਂ ਗੁਲਾਬ ਦਾ ਪੁੱਤ, ਉਹਦੇ ਪੇ ਦਾ। ਚਲੋ ਉਹਦੇ ਮੁੰਡਿਆਂ ਦਾ ਨਾਂ ਦੱਸ ਦਿਓ। ਗੁਲਾਬ ਦੇ ਮੁੰਡੇ ਪੀਰਾ ਦਿੱਤਾ? ਅੱਛਾ, ਉਹ ਮੈਂ ਦੱਸ ਸਕਦਾ? ਹਾਂਜੀ। ਅੱਛਾ ਕਿੱਦਾਂ ਦੇ ਬੰਦੇ ਹੁੰਦੇ ਸੀ ਇਹ ਦੱਸਿਓ? ਇਹ ਬੰਦੇ ਬਹੁਤ ਸੋਹਣੇ ਸੀਗੇ, ਜਵਾਨ ਸੀਗੇ। ਨਹੀਂ ਮਤਲਬ ਇੱਕ ਤਾਂ ਚਲੋ ਦੇਖਣ ਨੂੰ ਸੋਹਣੇ ਸੀਗੇ। ਹਾਂ ਬਹੁਤ ਸੋਹਣੇ ਸੀਗੇ। ਆਦਤਾਂ ਕਿਸ ਤਰ੍ਹਾਂ ਦੀਆਂ ਸੀ? ਆਦਤਾਂ ਵੀ ਠੀਕ ਸੀ, ਸਾਡੇ ਨਾਲ ਰਲਦੇ ਮਿਲਦੇ ਸੀ। ਠੀਕ। ਅਤੇ ਜੱਟਾਂ ਨਾਲ ਉਹਨਾਂ ਦੀ ਸਾਂਝ ਵਧੀਆ ਸੀ? ਵਧੀਆ। ਇਹ ਸਾਡੇ ਇੱਥੇ ਵਿਆਹ ਨੂੰ ਆਏ, ਜਦੋਂ ਉਹ ਉਜੜੇ ਆ ਕਾਫਲਾ ਆਇਆ ਬਣ ਕੇ, ਜਥਾ 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 15-20 ਬੰਦੇ, ਵੀ ਇਹਨਾਂ ਨੂੰ ਵੱਢੀਏ, ਅਤੇ ਸਾਡੇ ਪਿੰਡ ਦੇ ਕਹਿੰਦੇ ਵੀ ਅਸੀਂ ਭਰਾਵਾਂ ਰਹਿੰਦੇ ਹਾਂ, ਵੀ ਨਹੀਂ ਇਹ ਕੰਮ ਨਹੀਂ, ਕਿਉਂ ਇੱਥੇ ਕਰਨਾ? ਵਾਹ ਜੀ ਵਾਹ। ਹਾਂਜੀ ਕਮਾਲ ਹੈ ਜੀ ਤੁਹਾਡਾ ਪਿੰਡ। ਆ ਵੀ ਇਹ ਕੰਮ ਨਹੀਂ ਇੱਥੇ ਕਰਨਾ, ਵੀ ਸਾਡੇ ਨਾਲ ਇਹ ਮਿਲਦੇ ਆ, ਅਸੀਂ ਭਰਾਵਾਂ ਵਾਂਗ ਰਹਿੰਦੇ ਹਾਂ, ਜੋ ਮਰਜ਼ੀ ਨਾਮੇ ਹੁੰਦਾ ਰਹੇ, ਅਸੀਂ ਇਹ ਕੰਮ ਇੱਥੇ ਨਹੀਂ ਹੋਣ ਦੇਣਾ। ਵਾਹ ਜੀ ਵਾਹ। ਉਹ ਬਾਬਾ ਜੀ ਉਹ ਜੱਟਾਂ 'ਚੋਂ ਕਿਹੜੇ ਚੌਧਰੀ ਬੰਦੇ ਸੀ ਮੋਹਰੀ ਜਿਨ੍ਹਾਂ ਨੇ ਉਹ ਬਿਆਸ ਪਿੰਡੀਆਂ ਨੂੰ ਰੋਕਿਆ ਸੀ? ਉਹ ਦੇਖੋ ਜੀ, ਹਰੀ ਸਿੰਘ ਸੀਗਾ, ਰੂਹੀਆ ਸਿੰਘ ਸੀਗਾ,
ਇਹ ਬਾਕੀ ਇਹ ਕੋਮਰੇਡ ਸੀਗਾ ਰਤਨ ਸਿੰਘ ਅਤੇ ਬਾਕੀ ਨੰਬਰਦਾਰ ਮਲ ਸਿੰਘ ਅਤੇ ਇੱਕ ਨੰਬਰਦਾਰ ਇਹ ਸੀਗਾ ਸੋਹਣ, ਇੱਕ ਪੇ ਸੀ ਸੰਤਾ ਸਿੰਘ। ਹਾਂਜੀ ਇਹਨਾਂ ਨੇ ਰੋਕਿਆ? ਹਾਂ ਰੋਕਿਆ। ਹਾਂਜੀ ਪਰ ਉਸ ਵੇਲੇ ਉਹਨਾਂ ਨੇ ਪਿੰਡ ਦਾ ਕੋਈ ਵੀ ਮੁਸਲਮਾਨ ਕਤਲ ਨਹੀਂ ਹੋਣ ਦਿੱਤਾ? ਨਹੀਂ ਹੋਣ ਦਿੱਤਾ, ਸੱਦ ਕੇ ਜੀ ਉਹਨਾਂ ਬੰਦਿਆਂ ਦੇ। ਹਾਂਜੀ ਠੀਕ। ਅੱਛਾ ਬਾਬਾ ਜੀ ਫਿਰ ਉਹਨੂੰ ਕਿੱਦਾਂ ਤੋਰਿਆ ਇਹਨਾਂ ਨੇ? ਦੇਖੋ ਜੀ ਉਹ ਨਾ ਉਹਨੇ ਆਪਣੇ ਗੱਡੇ ਜੋੜੇ ਆ, ਆਪਣੇ ਗੱਡੇ ਸਮਾਨ ਸਮੂਨ ਤਾਂ ਜੱਟ ਚੱਕ ਲਿਆਏ, ਉਹਨੇ ਆਪੇ ਦੇ ਦਿੱਤਾ ਵੀ ਅਸੀਂ ਕੀ ਕਰਨਾ। ਹਾਂਜੀ ਜੀ ਜੀ। ਅਤੇ ਮਤਲਬ ਪਸ਼ੂ ਪਾ ਉਹਨਾਂ ਕੋਲ ਸੀਗਾ, ਬਹੁਤ ਦੋ ਸੀਗਾ, ਗੱਡੇ ਜੋੜ ਕੇ ਤਾਂ ਫਿਰ ਤੁਰ ਪਏ। ਅਤੇ ਬਾਕੀ ਲਾਂਭਲੇ ਕਾਫਲਿਆਂ ਦੇ ਨਾਲ ਰਲ ਜਾਂਦੇ ਸੀ ਜੀ। ਹਾਂਜੀ ਅਤੇ ਬਾਕੀ ਅਸੀਂ ਇੱਥੇ ਹੜ ਉਦੋਂ ਬਹੁਤ ਆਇਆ ਸੀ, ਹੜ ਆਇਆ ਸੀ। ਆ ਬਿਆ ਪਿੰਡ ਵਾਲੀ ਜਿਹੜੀ ਲਾਈਨ ਆ ਨਾ, ਇਹ ਸਾਰੀ ਇਸ ਭੋਗ ਪੋਗ ਤਾਂ ਹੀ ਮਿੱਟੀ ਹੇਠੋਂ ਨਿਕਲ ਗਈ ਸੀ ਅਤੇ ਉਹ ਗਾਡਰ ਉੱਤੇ ਸੀਗੇ ਅਤੇ ਅਸੀਂ ਉਸੇ ਮਿੱਟੀ ਪਾਉਂਦੇ ਸੀ। ਤੁਸੀਂ ਉਦੋਂ ਕੰਮ ਕਾਰ ਕਰਦੇ ਸੀ? ਕਰਦੇ ਸੀ ਮਾੜਾ ਬਦਲਾ। ਅੱਛਾ। ਅਤੇ ਮਿੱਟੀ ਪਾਉਂਦੇ ਸੀ ਤਾਂ ਉਹ ਵਿਚਾਰੇ ਨੰਗੀਆਂ ਗੱਡੀਆਂ ਵਾਲੇ ਕੋ ਉਹਨਾਂ ਦੀ ਬੁੜੀ ਮਰ ਗਈ, ਬੁੜੀ ਮਰ ਗਈ, ਉਹ ਉੱਦਾਂ ਹੀ ਉੱਥੇ ਲੰਮੀ ਪਾ ਗਿਆ, ਉਹਨੂੰ ਕੀ ਕਰਦੇ ਫਿਰ। ਹਾਂਜੀ ਅਤੇ ਬਾਕੀ ਇੱਥੇ ਬਿਆਸ ਪਿੰਡ ਪਿੱਛੋਂ ਗੱਡੀ ਆਉਣੀ ਸੀ ਮੁਸਲਮਾਨਾਂ ਦੀ ਅਤੇ ਬਿਆਸ ਪਿੰਡ ਇਹ ਮਤਲਬ ਇੱਥੇ ਬੰਦੇ ਕੱਟੇ ਹੋਏ ਵੀ ਇੱਥੇ ਘੇਰਨੀ ਆ, ਉਹ ਗੱਡੀ ਫਿਰ ਉਸ ਟਾਈਮ ਨਾਲ ਆਈ ਨਹੀਂ ਅਤੇ ਉਹ ਖੋਜਿਆ ਵਾਲੀ ਜਾ ਕੇ ਘੇਰ ਹੋਈ ਜਿਹੜੀ ਖੋਜਿਆਲ ਮਾਰੇ। ਹਾਂ ਪੂਰੀ ਟ੍ਰੇਨ ਕਤਲ ਕੀਤੀ। ਹਾਂ ਜੀ। ਕਿ ਜਦੋਂ ਜਾਣ ਲੱਗੇ ਗੁਲਾਬ ਹੋਣੀ ਪੀਰਾ ਦਿੱਤਾ ਹੋਣੀ ਤੁਹਾਨੂੰ ਮਿਲ ਕੇ ਗਏ? ਮਿਲ ਕੇ ਗਏ ਆ ਜੀ। ਤੁਹਾਨੂੰ ਨਹੀਂ ਕੋਈ ਸਮਾਨ ਦਿੱਤਾ? ਸਮਾਨ ਅਸੀਂ ਨਹੀਂ ਲਿਆਂਦਾ, ਉਹ ਸਾਡੇ ਨਹੀਂ ਲਿਆਂਦਾ ਨਹੀਂ ਜਾਂ ਦਿੱਤਾ ਨਹੀਂ? ਨਹੀਂ ਅਸੀਂ ਗਏ ਨਹੀਂ ਲੈਣ। ਹਾਂ ਜੀ। ਅਤੇ ਬਾਕੀ ਉਹਨਾਂ ਦੇ ਇੱਥੇ ਆਲਮਗੇ ਇੱਕ ਬੁੜੀ ਸੀਗੀ, ਬੁੜੀ ਸੀ ਉਹਨਾਂ ਦੀ ਭੈਣ ਭੂਣ ਲੱਗਦੀ ਸੀ ਆਲਮਗੀਰ। ਆਹੋ ਆਲਮਗੀਰ। ਫਿਰ ਤਾਂ ਪੱਕੀ ਗੱਲ ਆ ਜੀ ਕਿ ਜੱਟਾਂ ਦਾ ਪਿੰਡ ਸੀ, ਕਿਉਂਕਿ ਆਲਮਗੀਰ ਵੀ ਕੁਝ ਗੋਦ ਦੇ ਜੱਟਾਂ ਦਾ ਪਿੰਡ। ਹਾਂਜੀ। ਅਤੇ ਉਹ ਜਾਣੀ ਕਹਿੰਦੇ ਮੁਹੱਬਤ ਸੀਗੀ ਵੀ ਸਾਡੀ ਉਹ ਬੁੜੀ ਲਿਆ ਦੇ ਇੱਥੇ, ਮੇਰੇ ਡੈਡੀ ਨੂੰ ਕਹਿੰਦੇ। ਇਹ ਆਲਮਗੀਰ ਕਿਹਨਾਂ ਦੀ ਕੁੜੀ ਸੀਗੀ? ਇਹ ਗੁਲਾਬ ਹੋਣਾ ਦੀ ਭੈਣ ਸੀਗੀ। ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀਗਾ? ਮੇਰੇ ਪਿਤਾ ਦਾ ਨਾਂ ਸੀ ਬਾਬੂ ਰਾਮ। ਕੀ ਕਹਿੰਦੇ ਦੱਸੋ ਫਿਰ ਪੂਰੀ ਗੱਲ? ਉਹ ਕਹਿੰਦੇ ਜੀ ਉਹ ਸਾਡੀ ਬੁੜੀ ਲਿਆ ਦੇ, ਇੰਨੀ ਸਾਡੇ ਨਾਲ ਮੁਹੱਬਤ ਵਾ, ਉਹ ਅਸੀਂ ਕਹੀਏ ਬੁੜੇ ਨੂੰ ਵੀ ਤੈਨੂੰ ਕਿਸੇ ਨੂੰ ਬਾਟੇ ਵੱਢ ਸੁੱਟਣਾ ਵੀ ਹੁਣ ਵੱਢ ਵਡਾਂਗਾ ਤੁਰਿਆ ਆ। ਉਹ ਕਹਿੰਦਾ ਹੁਣ ਮੇਰੀ ਮੁਹੱਬਤ ਵਾ, ਮੈਂ ਜਾਣਾ। ਉਹ ਬੱਲੇ ਸਦਕੇ ਜੀ ਸਦਕੇ। ਅਤੇ ਉਹ ਜਾ ਕੇ ਅਤੇ ਉਹ ਮੁਸਲਮਾਨ ਤੰਬਾਕੂ ਸੀਗੇ ਬੀਜਦੇ ਹੁੰਦੇ, ਉਹ ਕੋਠੀ 'ਚ ਰਾ ਸਿੱਟਿਆ ਸੀ ਤੰਬਾਕੂ, ਉਹ ਬੁੜੇ ਨੂੰ ਇਕੱਠਾ ਇਕੁੱਠਾ ਕਰਕੇ ਉਹ ਤੰਬਾਕੂ ਪਾ ਤਾ ਇੰਨਾ ਕੁ। ਅਤੇ ਜਦੋਂ ਉਹ ਘਰ ਲਿਆ ਕੇ ਦੇ ਕੇ ਉਹ ਬੁੜੀ ਮੇਰੀ ਮਾਤਾ ਨਾ ਫੋਲ ਕੇ ਦੇਖਣ ਲੱਗੀ ਤਾਂ ਵਿੱਚ ਉਹਨੇ ਸੱਪ ਇੱਦਾਂ ਦੀਆਂ ਗੱਲਾਂ। ਅੱਛਾ। ਉਹ ਕਹਿੰਦੀ ਇਹ ਸੱਪ ਚੱਕ ਲੈਂਦਾ, ਕਹਿੰਦਾ ਇੱਦਾਂ ਹੀ ਉਹ ਬੁੜੀ ਨੂੰ ਇਕੱਠਾ ਕਰਕੇ ਪਾ ਤਾ। ਅੱਛਾ ਬਾਬਾ ਜੀ ਗੱਲ ਦੱਸਿਓ, ਆਲਮਗੀਰ ਤਾਂ ਬਹੁਤ ਕਤਲੋਗਾਰਤ ਹੋਈ ਸੀ? ਆਲਮਗੀਰ ਦੇਖੋ ਜੀ ਉੱਥੇ ਬੰਬ ਡਿੱਗੇ। ਹਾਂਜੀ। ਉਹ ਤਾਂ ਪਸ਼ੂਆਂ ਦੀਆਂ ਖੱਲਾਂ ਦਰੱਖਤਾਂ ਨਾਲ ਟੰਗ ਹੋ ਗਈਆਂ ਜੀ। ਇਹ ਤਾਂ ਬਾਅਦ ਦੀਆਂ ਗੱਲਾਂ। ਹਾਂਜੀ ਇਹ ਤਾਂ ਬਾਅਦ ਦੀਆਂ ਗੱਲਾਂ। ਹਾਂਜੀ ਨਹੀਂ 47 ਵੇਲੇ ਵੀ ਆਲਮਗੀਰ ਬਹੁਤ ਕਤਲੋਗਾਰਤ ਹੋਈ? ਹਾਂਜੀ। ਤੇ ਬਾਬਾ ਜੀ ਆਹ ਜਿਹੜਾ ਨਾਲ ਪਿੰਡ ਆ ਤੁਹਾਡੇ ਕੋਟਲੀ, ਇਹ ਵੀ ਮੁਸਲਮਾਨਾਂ ਦਾ ਪਿੰਡ ਸੀ? ਸਾਰੇ ਮੁਸਲਮਾਨ ਹੀ ਸੀਗੇ ਇੱਥੇ। ਇਹਨਾਂ ਦਾ ਕੋਈ ਨਾਂ ਯਾਦ ਆ? ਇਹਨਾਂ ਦੇ ਨਾਂ ਗੁਲਾਬ ਮੁਹੰਮਦ ਅਤੇ ਇੱਦਾਂ ਇਹ ਕੰਮ ਕਾਰ ਕੀ ਕਰਦੇ ਸੀ? ਕੰਮ ਕਾਰ ਉਹਨਾਂ ਦੀ ਜ਼ਮੀਨ ਸੀਗੀ। ਅੱਛਾ। ਖੇਤੀ ਕਰਦੇ ਸੀ, ਬੜੇ ਕਹਿੰਜੇ ਕੁਹੋਂ ਦੇ ਬੰਦੇ ਸੀ। ਠੀਕ ਹੈ ਜੀ। ਹਾਂਜੀ। ਇੱਥੇ 12 ਕੋਹਲੂ ਵਗਦੇ ਸੀ, 12 ਕੋਹਲੂ ਉਹ ਮਾਈ ਟਾਲੀ ਭਰੇ ਆ ਨਾ, ਉੱਥੇ ਕਹਿੰਦੇ ਦਰਵਾਜ਼ਾ ਹੁੰਦਾ ਸੀ। ਕੋਈ ਬਾਬਾ ਜੀ ਰਿਹਾ ਇੱਥੇ ਬਜ਼ੁਰਗ ਜਾਂ ਕੋਈ ਹੋਰ ਜਿਹਨੂੰ ਛੱਡ ਗਏ ਹੁਣ ਇੱਥੇ ਸਾਡੇ ਪਿੰਡ ਜੀ? ਹਾਂਜੀ। ਸਾਡੇ ਪਿੰਡ ਨਹੀਂ ਕੋਈ ਵੀ ਰਿਹਾ, ਇੱਕ ਸੀਗੀ ਮਰਾਸਣ, ਉਹ ਬਾਅਦ 'ਚ ਇੱਥੇ ਮਰ ਗਈ। ਬੁੱਢੀ ਸੀਗੀ? ਹਾਂ ਬੁੱਢੀ। ਕੀ ਨਾਂ ਸੀ ਉਹਦਾ? ਦਿਆਲੀ। ਉਹਨੂੰ ਛੱਡ ਗਏ ਉਹਦੇ ਘਰ ਦੇ?
ਹਾਂ ਜੀ ਆਪ ਹੀ ਉਹਦੀ ਗਲੀ ਕੰਜ ਮੈਂ ਨਹੀਂ ਹਾਂ ਹਾਂਜੀ ਕੱਲੀ ਸੀ ਕੱਲੀ ਤਾਂ ਕਿੰਨੇ ਸਾਲ ਜਿਉਂਦੀ ਰਹੀ ਉਹ ਰਹੀ 10-15 ਸਾਲ ਜਿਉਂਦੀ ਅਤੇ ਰੋਟੀ ਪਾਣੀ ਉਹਦਾ ਫਿਰ ਰੋਟੀ ਪਾਣੀ ਉਹ ਅਜੇ ਤੋਂ ਕੋਈ ਮਰ ਗਿਆ ਉਹ ਜਾਂਦੇ ਹੁੰਦੇ ਸੀ ਉਹਨੂੰ ਕਮਾਈ ਸੀਗੀ ਰੋਟੀ ਪਾਣੀ ਉਹ ਆਪ ਹੀ ਪਕਾਉਂਦੀ ਆਪ ਹੀ ਖਾਂਦੀ ਸੀ ਅੱਛਾ ਇਹਦਾ ਮਤਲਬ ਕੰਮ ਕਰਦੀ ਰਹੀ ਆਹੋ ਕਾਰ ਉਹਦਾ ਕੰਮ ਕਾਰ ਕੀ ਸੀ ਕੰਮ ਕਾਰ ਕਿਉਂਕਿ ਮਰ ਗਏ ਉੱਥੇ ਕੀਰਨੇ ਪਾਉਣੇ ਉਹ ਕੰਮ ਹੀ ਕਰਦੀ ਰਹੀ ਉਹ ਕੰਮ ਹੀ ਕਰਦੀ ਰਹੀ ਜੇ ਕੋਈ ਮਕਾਨ ਆਈ ਉੱਥੇ ਚਲ ਜਾਣਾ ਹਾਂਜੀ ਉਹ ਇੱਦਾਂ ਦੇ ਕੰਮ ਮਰਾਸੀਆਂ ਦੇ ਮਤਲਬ ਮੰਗ ਕੇ ਨਹੀਂ ਖਾਧਾ ਉਹਨੇ ਕੰਮ ਕੀਤਾ ਕੰਮ ਕੀਤਾ ਸੱਦ ਕੇ ਦਿਆਲੀ ਬੀਬੀ ਦੇ ਵੀ ਬਾਬੇ ਉਹਦੇ ਪੁੱਤ ਸੀਗੇ ਪੁੱਤ ਸੀਗੇ ਉਹ ਚਲੇ ਗਏ ਸੀ ਕੀ ਨਾਂ ਸੀ ਪੁੱਤਾਂ ਦੇ ਮੈਨੂੰ ਨਹੀਂ ਪਤਾ ਲੱਗਿਆ ਕੋਈ ਮੁੜ ਕੇ ਮਿਲਣ ਵੀ ਨਹੀਂ ਆਇਆ ਉਹਨੂੰ ਨਹੀਂ ਮਿਲਣ ਮੁੜਨ ਨਹੀਂ ਕੋਈ ਵੀ ਆਇਆ ਅਤੇ ਜੱਟਾਂ 'ਚੋਂ ਵੀ ਕੋਈ ਨਹੀਂ ਆਇਆ ਨਾ ਜੀ ਅਤੇ ਅੱਜ ਤੱਕ ਇਹ ਵੀ ਨਹੀਂ ਪਤਾ ਲੱਗਾ ਤੁਹਾਨੂੰ ਵੀ ਉਹ ਕਿਹੜੇ ਪਿੰਡ ਗਏ ਗੁਲਾਬ ਹੋਣੀ ਹੈ ਜੀ ਬਾਹਰ ਹਾਂਜੀ ਪਾਕਿਸਤਾਨ ਕਿਹੜੇ ਪਿੰਡ ਗਏ ਦੇਖੋ ਜੀ ਜਾਂ ਇੱਧਰ ਆਏ ਨਹੀਂ ਨਾ ਕੋਈ ਚਿੱਠੀ ਨਾ ਸੁਣਾਵਾਂ ਬਾਬੇ ਤੁਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਪਤਾ ਲੱਗੇ ਨਾ ਜੀ ਹੁਣ ਅਸੀਂ ਪਤਾ ਲੈ ਕੀ ਕਰਨਾ ਉਹ ਤਾਂ ਮਰ ਗਿਆ ਗਾਂ ਮੁੰਡੇ ਹੈਗੇ ਆ ਮੁੰਡੇ ਵੀ ਮਰ ਗਿਆ ਹੋਣੇ ਆ ਸਾਡੇ ਨਾਲ ਬੜੇ ਹੀ ਚਲੋ ਮੰਨ ਲਓ ਉਹਨਾਂ ਦੇ ਉਹਨਾਂ ਦੇ ਨਿਆਣੇ ਹੋਣੇ ਗਾਂ ਨਿਆਣੇ ਹੋਣ ਫਿਰ ਵੀ ਤੁਹਾਡੇ ਨਾਲ ਸਾਂਝ ਤਾਂ ਰਹੀ ਹਾਂ ਸਾਂਝ ਤਾਂ ਰਹੀ ਆ ਤੁਹਾਡੇ ਤੁਹਾਡੇ ਪਿਤਾ ਜੀ ਨੇ ਕਿੱਡਾ ਵੱਡਾ ਕੰਮ ਕੀਤਾ ਵੀ ਉਸ ਰੌਲੇ ਦੇ ਵਿੱਚ ਹਾਂਜੀ ਉਹਦੀ ਭੈਣ ਨੂੰ ਗੁਲਾਬ ਜੀ ਨੂੰ ਲੈ ਕੇ ਆਇਆ ਹਾਂਜੀ ਹਾਂਜੀ ਕੋਈ ਸੁਨੇਹਾ ਦੇ ਦਿਓ ਉਹਨਾਂ ਨੂੰ ਦੱਸ ਦਿਓ ਆਪਣੇ ਬਾਰੇ ਸੁਨੇਹਾ ਇਹ ਹੀ ਹੈ ਜੀ ਰਾਜੀ ਖੁਸ਼ੀ ਆ ਵੀ ਠੀਕ ਵਾ ਮਤਲਬ ਸੋਹਣੀ ਲੰਘ ਗਈ ਜਿੰਨਾ ਚਿਰ ਲੰਘ ਗਈ ਹੈ ਜੀ ਹੁਣ ਸੁਨੇਹਾ ਹੋਰ ਕੀ ਦੇਣਾ ਅਤੇ ਈਦ ਨੂੰ ਫਿਰ ਤੁਹਾਡੀਆਂ ਮੌਜਾਂ ਦੇਖੋ ਜੀ ਉਹ ਇਹ ਕੋਟਲੀ ਵਗੈਰਾ ਅਸੀਂ ਤਾਂ ਨਿਆਣੇ ਹੁੰਦੇ ਸੀਗੇ ਜੇ ਜਾਂਦੇ ਹੁੰਦੇ ਸੀ ਅਸੀਂ ਈਦ ਮੰਗਣ ਕੋਟਲੀ ਆਹੋ ਜਾਂਦੇ ਹੁੰਦੇ ਸੀ ਅੱਛਾ ਕੋਟਲੀ ਵਾਲੇ ਈਦ ਜ਼ਿਆਦਾ ਦਿੰਦੇ ਸੀ ਕਿ ਇੱਥੇ ਵਾਲੇ ਸਾਰੇ ਠੀਕ ਸੀ ਦਿਲ ਖੁੱਲ੍ਹੇ ਸੀ ਨਾ ਮੁਸਲਮਾਨਾਂ ਦੇ ਜਾਂ ਨਹੀਂ ਖੁੱਲ੍ਹੇ ਸੀਗੇ ਜੱਟਾਂ ਨਾਲ ਖੁੱਲ੍ਹੇ ਸੀ ਉਹ ਤਾਂ ਪਰਵਾਹ ਨਹੀਂ ਸੀ ਕਰਦੇ ਪਰਵਾਹ ਨਾ ਹੀ ਕਰਦੇ ਕਿਤੇ ਔਖੇ ਹੋਏ ਜ਼ਮੀਨ ਰੱਖ ਦੇਣੀ ਜਾਂ ਵੇਚ ਦੇਣੀ ਉਹ ਪਰਵਾਹ ਨਾ ਹੀ ਕਰਦੇ ਅਤੇ ਬਾਬਾ ਜੀ ਕਦੀ ਲੜਾਈ ਵੀ ਹੋਈ ਸੀ ਇਹਨਾਂ ਦੀ ਪਹਿਲਾਂ ਸਿੱਖਾਂ ਦੀ ਅਤੇ ਮੁਸਲਮਾਨਾਂ ਦੀ ਪਹਿਲਾਂ ਸਾਡੇ ਪਿੰਡ ਨਹੀਂ ਹੋਈ ਕਦੀ ਵੀ ਇੱਕ ਵਾਰੀ ਮਤਲਬ ਹੋਈ ਸੀ ਇੱਦਾਂ ਆਪਣੇ ਨਗਰ ਕੀਰਤਨ ਕੱਢਦੇ ਕਿ ਨਹੀਂ ਉਹਨਾਂ ਦਾ ਅੱਧਾ ਪਿੰਡ ਸੀਗਾ ਪਰਲੇ ਪਾਸੇ ਉੱਧਰ ਮੁਸਲਮਾਨ ਸੀ ਇੱਧਰ ਇੱਧਰ ਸੀਗੇ ਹਾਂਜੀ ਅਤੇ ਉਹ ਕਹਿੰਦੇ ਸੀਗੇ ਬਈ ਆਹ ਜਿਹੜੀਆਂ ਕਿਰਪਾਨਾਂ ਇਹ ਨੰਗੀਆਂ ਕਰਕੇ ਨਾ ਨੰਗੋ ਅੱਛਾ ਅਤੇ ਇਹ ਕਹਿੰਦੇ ਜੀ ਸਾਡਾ ਇਹ ਬਣਦਾ ਆ ਬਣਦਾ ਵੀ ਅਸੀਂ ਲੰਘਣਾ ਹੀ ਲੰਘਣਾ ਆ ਅਤੇ ਸਾਡੇ ਵੀ ਇੱਦਾਂ ਆਹ ਧਰਮੀ ਵੀ ਇੱਦਾਂ ਹੀ ਰੋਕਦੇ ਸੀਗੇ ਉਹ ਪਰ ਰੋਕੇ ਨਹੀਂ ਇਹ ਹਟ ਜਾਂਦੇ ਸੀ ਜਾਣੀ ਲੜਾਈ ਨਹੀਂ ਹੋਈ ਠੀਕ ਠੀਕ ਅੱਛਾ ਬਾਬਾ ਜਿਹੜੀ ਉਹਨਾਂ ਦੀ ਜ਼ਮੀਨ ਸੀ ਹਾਂਜੀ ਉਹਨਾਂ ਨੂੰ ਸਾਂਭਣ ਵਾਲੇ ਫਿਰ ਬੰਦੇ ਕਿੱਥੋਂ ਕਿੱਥੋਂ ਆਏ ਦੇਖੋ ਜੀ ਉਹ ਉੱਧਰ ਪਾਕਿਸਤਾਨ ਤੋਂ ਉਹਨਾਂ ਬੰਦਿਆਂ ਦੀ ਜ਼ਮੀਨ ਸੀਗੀ ਅਤੇ ਉਹਨਾਂ ਨੂੰ ਇੱਧਰੋਂ ਮਿਲਣੀ ਸੀਗੀ ਨਹੀਂ ਉਹ ਜਿਹਨਾਂ ਨੂੰ ਮਿਲੀ ਆ ਹਾਂਜੀ ਉਹ ਕਿਹੜੇ ਕਿਹੜੇ ਪਿੰਡਾਂ ਦੇ ਆਏ ਸਾਧਾ ਵਾਲੀ ਦੇ ਸੀਗੇ ਸਾਧਾ ਵਾਲੀਏ ਜੀ 20-25 ਖੇਤ ਉਹਨਾਂ ਦੇ ਉਹਨਾਂ ਦੇ ਪੈ ਗਏ ਜੀ ਅਤੇ ਬਾਕੀ ਸਾਧਾ ਵਾਲੀਏ ਜ਼ਿਆਦਾ ਉਹ ਹੈਗੇ 5-7 ਘਰ ਸਾਧਾ ਵਾਲੀ ਕਰਾੜੀ ਦੇ ਲਾਗੇ ਆ ਅੱਛਾ ਜੀ ਹਾਂਜੀ ਅਤੇ ਬਾਕੀ ਕੁਛ ਜ਼ਮੀਨ ਫਿਰ ਬਾਅਦ 'ਚ ਵੇਚ ਵੀ ਦਿੱਤੀ ਉਹਨੀ ਕੋਈ ਬਿਆਸ ਪਿੰਡੀਆਂ ਲੈ ਲਈ ਕੋਈ ਸਾਡੇ ਪਿੰਡ ਆਦ ਬਿਆਸ ਪਿੰਡ ਨਾਲ ਲੱਗਦੀ ਹੈ ਜੀ ਹਾਂ ਸਾਡੇ ਪਿੰਡ ਜੀ ਬਿਆਸ ਪਿੰਡ ਦੀ ਆ ਜੱਫਲਾਂ ਦੂੜਿਆਂ ਦੀ ਅਤੇ ਅਮਰਾਦ ਜਗਰਾਮਾ ਦੀ ਹੱਦ ਅੱਛਾ ਜੱਫਲਾਂ ਦਾ ਮੁਸਲਮਾਨਾਂ ਦਾ ਪਿੰਡ ਹੋਣਾ ਇਹ ਨਹੀਂ ਇਹ ਵੀ ਸਾਂਝਾ ਸੀਗਾ ਸਾਂਝਾ ਸੀ ਹਾਂਜੀ ਠੀਕ ਜਗਰਾਮਾ ਹਾਂਜੀ ਉੱਥੇ ਵੀ ਮੁਸਲਮਾਨ ਸੀਗੇ ਜੱਟ ਵੀ ਸੀਗੇ ਚਲੋ ਬਾਬਾ ਜੀ ਇਹ ਤੁਹਾਡੀ ਗੱਲ ਸੁਣਨੀ ਆ ਗੁਲਾਬ ਹੋਣਾ ਦੇ ਟੱਬਰ ਨੇ ਵੀ ਪੀਰਾ ਦਿੱਤਾ ਦੇ ਟੱਬਰ ਨੇ ਵੀ ਅਤੇ ਦੋਲੀ ਕੀ ਵੱਲੋਂ ਆਪਣੇ ਇਲਾਕੇ ਵੱਲੋਂ ਕੋਈ ਸੁਨੇਹਾ ਦੇ ਛੱਡੋ ਨਾ ਆਵੇ ਅਸੀਂ ਹੁਣ ਇਹ ਕਹਿਣਾ ਬਾਬੂ ਤਾਂ ਹੈ ਨਹੀਂ ਗਾ ਹਾਂਜੀ ਬਾਬੂ ਰਾਮ ਤਾਂ ਹੈ ਨਹੀਂ ਗਾ ਹੁਣ ਅਮਰੂ ਸਿੰਘ ਮੇਰਾ ਬੜਾ ਭਰਾ ਉਹ ਵੀ ਮਰ ਗਿਆ ਉਹ ਉਹਨਾਂ ਨਾਲ ਖੇਡਦਾ ਖੂਦਦਾ ਰਿਹਾ ਕਬੱਡੀ ਕਬੱਡੀ ਮੁਸਲਮਾਨਾਂ ਨਾਲ ਹਾਂਜੀ ਕੋਈ ਤਕੜਾ ਪਹਿਲਵਾਨ ਜਾਂ ਅਮਲੀ ਜਾਂ ਕੋਈ ਸ਼ਰਾਬੀ ਕਬਾਬੀ ਪਹਿਲਵਾਨ ਇਹ ਪੀਰਾ ਦਿੱਤਾ ਸੀਗਾ ਇਹ ਗੁਲਾਬ ਦਾ ਮੁੰਡਾ ਅੱਛਾ ਪਹਿਲਵਾਨ ਹਾਂਜੀ ਪਹਿਲਵਾਨ ਸੀਗਾ
ਚੰਗਾ ਜਵਾਨ ਸੰਗਠ ਸਾਡੇ ਨਾਲ ਉੱਚਾ ਹੈ ਫੋਟੋ। ਪੁਰਾਣੀ ਗੱਲਬਾਤ ਸੁਣਾ ਦਿਓ ਕੋਈ ਸ਼ੁਕਲ ਮੇਲੇ ਵਾਲੀ। ਪੁਰਾਣੀ ਗੱਲਬਾਤ ਜੀ ਦੇਖੋ ਜੀ, ਮੁਸਲਮਾਨ ਨਕਲਾਂ ਕਰਾਉਂਦੇ ਹੁੰਦੇ, ਕੋਟਲੀ ਹੁੰਦੀਆਂ ਜਿਹੜੀਆਂ ਜੀ, ਔਰ ਸਾਡੇ ਪਿੰਡ ਵੀ ਮੁਸਲਮਾਨ ਨਕਲਾਂ ਬਹੁਤ ਕਰਾਉਂਦੇ ਜੀ। ਚਲੋ ਬਾਬਾ ਜੀ, ਉਹਦਾ ਵੈਸੇ ਤੁਹਾਨੂੰ ਗੱਲਾਂ ਦਾ ਕਾਫੀ ਯਾਦ ਹੈ। ਆਹੋ, ਹੁਣ ਮੁਸਲਮਾਨਾਂ ਨਾਲ ਅਸੀਂ ਕੰਮ ਕਰਦੇ ਰਹੇ ਹਾਂ। ਆਹ ਬੇੜਨਾ ਸਿਗਾ ਕਾਢ ਕੇ ਮੈਂ ਕਢਾਇਆ, ਜੋ ਮਤਲਬ ਗੁੜ ਬਣਾਉਂਦੇ ਰਹੇ ਹਾਂ। ਤੁਸੀਂ ਫਿਰ ਗੰਨੇ ਲਾਉਂਦੇ ਸੀ? ਹਾਂ, ਗੰਨੇ ਲਾਉਂਦੇ ਸੀਗੇ। ਅਤੇ ਉਹ ਹੱਕ ਦਾ ਕੌਣ ਹੁੰਦਾ ਜੀ? ਬੋਲ ਹੱਕ ਦਾ ਉਹ ਪੀੜਾ ਦਿੱਤਾ ਪਹਿਲਵਾਨ। ਹਾਂ, ਪਹਿਲਵਾਨ। ਹਾਂਜੀ, ਤਿੰਨ ਮੁੰਡੇ ਸੀਗੇ, ਗੁਲਾਬ ਉੱਥੇ ਹੁੱਕਾ ਲੈ ਕੇ ਬਿੱਠਾ ਹੁੰਦਾ ਸੀ ਮੰਜੇ 'ਤੇ, ਉਹਨੂੰ ਹੁੱਕਾ ਪੀ ਜਾਣਾ। ਹੁੱਕਾ ਬਹੁਤ ਪੀਂਦੇ ਸੀ ਬਹੁਤ। ਬਾਬਾ ਜੀ, ਕੋਈ ਐ ਵੀ ਸੀ ਕਿ ਕਿਸੇ ਮੁਸਲਮਾਨ ਦੀ ਅਤੇ ਸਿੱਖ ਦੀ ਬਹੁਤ ਯਾਰੀ ਹੋਵੇ? ਦੇਖੋ ਜੀ, ਇਹਦਾ ਪਹਿਲਾਂ ਭੈਣਾਂ ਭਰਾਵਾਂ ਉਹਨੂੰ ਮਿਲਦੇ ਸੀ। ਇਹਦਾ ਹੁਣ ਇਹ ਰਾਜਿਆਂ ਨੂੰ ਮਤਲਬ ਖੁੱਲ੍ਹ ਦੇ ਜੀ, ਬਾਰਡਰ ਵਧਾਂਗੇ ਜੀ, ਬੰਦ ਨਹੀਂ ਹੋਏ ਇਹਨਾਂ ਦੇ। ਚਲੋ ਬਾਬਾ ਜੀ, ਬਹੁਤ ਚੰਗਾ ਲੱਗਿਆ, ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ।